ਤੇ ਦੋਸਤੋ ਆ ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ। ਪਾਲਾ ਸਿੱਧੂ ਜੀ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਕੀ ਕੁਝ ਆਪਣੇ ਪ੍ਰਤੀਕਰਮ ਸਾਨੂੰ ਇਸ ਵਿਸ਼ੇ ਦੇ ਉੱਤੇ ਦੇਣਾ ਚਾਹੁੰਦੇ ਹਨ। ਹਾਂਜੀ ਸਿੱਧੂ ਜੀ, ਤੁਸੀਂ ਔਨ ਏਅਰ ਹੋ, ਕਰ ਸਕਦੇ ਹੋ ਆਪਣੀ ਗੱਲ। ਸਤਿ ਸ਼੍ਰੀ ਅਕਾਲ ਭਾਜੀ, ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਵੀ ਆਇਆ ਸੀ ਹੁਣੇ ਤੇ ਸੁਣ ਰਿਹਾ ਸੀ। ਮੈਂ ਤਾਂ ਪਹਿਲੀ ਗੱਲ ਤਾਂ ਭਾਜੀ, ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਆਪਾਂ ਨੂੰ ਕੀ ਚੱਲ ਰਿਹਾ ਕੀ ਹੋ ਰਿਹਾ ਜੀ। ਜੇ ਇੱਕ ਹੋਰ ਤੁਹਾਡੇ ਮੇਰੇ ਖਿਆਲ ਜਾਣਕਾਰੀ ਸਾਰਿਆਂ ਨੂੰ ਹੋਣੀ ਆ ਜੀ, ਕਿ ਆਪਣੇ ਸਾਰੇ ਆਪਾਂ ਸਿੱਖ ਭਾਈ ਕਹਿ ਤਾਂ ਆਏ ਆ ਕਿ ਇਕੱਠੇ ਹੋਈਏ, ਇੱਕ ਝੰਡੇ ਥੱਲੇ ਇਕੱਠੇ ਹੋਈਏ, ਤਾਂ ਕੱਲ ਜੋ ਜੀ ਕਿਸੇ ਭਾਜੀ ਰਾਜਵਾਣੇ ਨੂੰ ਮਿਲ ਕੇ ਆਏ ਆ ਜੀ, ਇਹ ਲੋਕ ਜਿਹਨਾਂ ਦੀ ਆਪਾਂ ਗੱਲ ਕਰ ਰਹੇ ਆ ਜੀ, ਜਿਹਨਾਂ ਨੇ ਗੰਦ ਪਾਇਆ ਹੈਗਾ ਜੀ, ਤੇ ਭਾਜੀ ਰਾਜਵਾਣੇ ਨੇ ਕਿਹਾ ਸੀਗਾ ਪਹਿਲਾਂ ਕਿ ਵੀ ਆਪਾਂ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋਈਏ, ਤੇ ਕੱਲ ਉਹਨਾਂ ਨੂੰ ਉਹ ਹੁਣ ਅਕਾਲ ਤਖ਼ਤ ਦਾ ਜਥੇਦਾਰ ਬਣਾਉਣ ਨੂੰ ਕਿਹਾ ਉਹਨਾਂ ਨੇ, ਤੇ ਉਹਨਾਂ ਨੇ ਕਹਿ ਵੀ ਦਿੱਤਾ ਕਿ ਬਣ ਗਏ ਜੀ। ਪਰ ਮੈਨੂੰ ਇਹ ਸਮਝ ਲੱਗੀ ਕਿ ਭਾਜੀ ਉਹਨਾਂ ਨੂੰ ਇਹ ਵੀ ਚਾਹੀਦਾ ਸੀਗਾ ਕਿ ਜਦੋਂ ਕਿਹਵਾਰਾ ਸਾਹਿਬ ਜਥੇਦਾਰ ਬਣੇ ਹੋ ਆ ਜੀ, ਤੇ ਤੁਸੀਂ ਉਹਨਾਂ ਨੂੰ ਹਾਂ ਕਿਉਂ ਕੀਤੀ ਜੀ? ਕਿਉਂਕਿ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਕਿ ਆਪਾਂ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋਈਏ, ਤੇ ਇੱਕ ਪਾਸੇ ਤੁਸੀਂ ਆਪ ਹੀ ਇੱਕ ਆਪਣੇ ਭਰਾ ਦੇ ਖਿਲਾਫ ਆਪੋਜਿਟ ਖੜੇ ਹੋ ਰਹੇ ਇਹਨਾਂ ਲੋਕਾਂ ਦੇ ਮਗਰ ਲਾ ਕੇ ਗਦਾਰਾਂ ਦੇ ਜੀ 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 ਇਹ ਆਪਾਂ ਨੂੰ ਲੋਕਾਂ ਨੂੰ ਸੋਚਣਾ ਪੈਣਾ ਕਿ ਸਾਡੇ ਲੋਕ ਕੀ ਕਰ ਰਹੇ ਆ। ਸਾਡੇ ਲੋਕ ਨੀ ਪਰ ਜਿੱਦਾਂ ਜੀ ਇਹ ਲੋਕ ਜਿਹੜੇ ਬਾਦਲ ਹੋਣੀ, ਮੈਂ ਤਾਂ ਤੁਹਾਡੇ ਟੀਵੀ ਤੇ ਸਾਫ਼ ਹੀ ਕਹੂੰਗਾ, ਬਾਦਲ ਹੋਣੀ, ਸੁਖਬੀਰ ਬਾਦਲ ਤੇ ਜੋ ਵੀ ਇਹਨਾਂ ਦੇ ਬਾਪੂ ਜੀ ਤੇ ਦੂਜੇ ਆਪਣੇ ਸਾਲਾ ਇਹਨਾਂ ਦਾ ਜੀ, ਕਿਉਂਕਿ ਹੁਣ ਤੁਸੀਂ ਦੇਖੋ ਆਪੇ ਕਿ ਇੱਕ ਪਾਸੇ ਉਹਨੂੰ ਹੁਣ ਕਿੱਦਾਂ ਚੇਤਾ ਆਇਆ ਕਿ ਇਸ ਵੇਲੇ ਉਧਰੋਂ ਆਪਣੇ ਰਣਜੀਤ ਸਿੰਘ ਜੀ ਦੀ ਰਿਪੋਰਟ ਆ ਗਈ ਆ, ਉਧਰੋਂ ਇਹਨਾਂ ਨੇ ਇੱਕਦਮ ਜਾ ਕੇ ਕੱਲ ਮਿਲ ਕੇ ਆਏ ਜਥੇਦਾਰ, ਮਿਲ ਕੇ ਆਏ ਚਾਰ ਜਣੇ, ਮਿਲ ਕੇ ਆਏ ਉਹਨਾਂ ਨੂੰ ਜੀ 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 ਤੇ ਉਹਨਾਂ ਨੇ ਕਹਿ ਦਿੱਤਾ ਕਿ ਇਹਨਾਂ ਨੂੰ ਜਥੇਦਾਰ ਬਣਾਉਣਾ ਜੀ ਜੀ। ਇਹ ਆਪਾਂ ਨੂੰ ਬਹੁਤ ਸੋਚਣ ਦੀ ਗੱਲ ਹੈ ਕਿ ਕਿੱਥੋਂ ਤੱਕ ਚੱਲ ਰਿਹਾ, ਕੀ ਕਰ ਰਿਹਾ ਸਾਡੇ ਵਿੱਚ ਪਾੜ ਪਾਉਣ ਲਈ, ਕਿ ਉਹਨਾਂ ਨੂੰ ਪਤਾ ਸੀ ਕਿ ਭਾਜੀ ਭਾਈ ਦੁਆਰਾ ਨੂੰ ਆਪਾਂ ਬਣਾਇਆ ਆ ਸੰਗਤ ਨੇ ਜੀ, ਤੇ ਉਹਨਾਂ ਦੇ ਆਪੋਜਿਟ ਖੜੇ ਕਰ ਰਹੇ ਆ ਜੀ ਜੀ। ਇਹਨਾਂ ਦਾ ਇਹ ਆ ਕਿ ਸਾਡੇ ਮੁੱਦੇ ਵੱਲੋਂ ਧਿਆਨ ਕੱਲ ਨੂੰ ਰਿਪੋਰਟ ਪੇਸ਼ ਹੋਣੀ ਆ 24 ਤਰੀਕ ਨੂੰ, ਕਿ ਸਾਡੇ ਅਸੀਂ ਇਹਨਾਂ ਨੂੰ ਬਣਾ ਦਿਆਂਗੇ, ਉਧਰੋਂ ਮੁੱਦੇ ਵੱਲ ਭਟਕ ਜਾਣ ਲੋਕ ਤਾਂ ਧਿਆਨ ਹਟ ਜਾਵੇ ਉਹਨਾਂ ਦਾ ਜੀ 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 ਜੀ। ਪਰ ਮੈਂ ਭਾਜੀ ਰਾਜੇਵਾਲੇ ਨੂੰ ਵੀ ਬੇਨਤੀ ਕਰੂੰਗਾ ਕਿ ਭਾਈ ਸਾਹਿਬ ਸੋਚੋ, ਭਰਾ ਹੀ ਆ ਤੁਸੀਂ, ਭਰਾਵਾਂ ਦੇ ਭਰਾ ਆਪੋਜਿਟ ਖੜ ਰਹੇ ਆ, ਤੇ ਇਹਨਾਂ ਦੇ ਮਗਰ ਲੱਗ ਕੇ ਇਹ ਤਾਂ ਚੰਗੀ ਗੱਲ ਨਹੀਂ ਹੈਗੀ। ਸੋਚਣ ਦੀ ਲੋੜ ਹੈ ਜੀ, ਸੋਚਣ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ ਸਿੱਧੂ ਜੀ, ਤੁਸੀਂ ਆਪਣੀ ਗੱਲ ਸਾਡੇ ਨਾਲ ਰੱਖੀ। ਇੱਕ ਕਾਲਰ ਕਾਫੀ ਦੇਰ ਤੋਂ ਜੁੜੇ ਹੋਏ ਨੇ, ਉਹਨਾਂ ਦੀ ਵੀ ਮੈਂ ਪ੍ਰਤੀਕਰਮ ਫਟਾਫਟ ਜਾਣ ਲਵਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ ਜੀ, ਸਮਾਂ ਮੇਰੇ ਕੋਲ ਨਹੀਂ ਸੀਗਾ, ਨਹੀਂ ਤਾਂ ਮੈਂ ਗੱਲ ਤੁਹਾਡੇ ਨਾਲ ਹੋਰ ਕਰਨੀ ਸੀਗੀ। ਅੱਜ ਦੇ ਮੁੱਦੇ ਦੇ ਉੱਤੇ ਜੇਕਰ ਮੈਂ ਤੁਹਾਡੀ ਕਾਲਸ ਨਹੀਂ ਲੈ ਪਾਇਆ, ਤੁਸੀਂ ਮੈਨੂੰ ਕਾਲਸ ਕੀਤੀਆਂ, ਮੈਂ ਮਾਫੀ ਚਾਹੁੰਦਾ। ਤੁਸੀਂ ਮੈਨੂੰ ਮੇਲ ਕਰ ਸਕਦੇ ਹੋ harkirat@jazzbroadcasting.com, info@jazzbroadcasting.com ਦੇ ਉੱਤੇ ਆਪਣੇ ਪ੍ਰਤੀਕਰਮ, ਆਪਣੇ ਸੁਝਾਅ ਮੈਨੂੰ ਮੇਲ ਦੇ ਜ਼ਰੀਏ ਤੁਸੀਂ ਭੇਜ ਸਕਦੇ ਹੋ, ਅਸੀਂ ਉਹਨੂੰ ਰਿਵਰਟ ਕਰਾਂਗੇ। ਅਤੇ ਕੱਲ੍ਹ ਇਸੀ ਸਮੇਂ ਇਸੇ ਟਾਈਮ ਹਾਜ਼ਰ ਹੋਵਾਂਗੇ ਨਵੇਂ ਵਿਸ਼ੇ ਦੇ ਨਾਲ, ਨਵੇਂ ਮੁੱਦੇ ਦੇ ਨਾਲ, ਔਰ ਕਰਾਂਗੇ ਵਿਚਾਰ ਵਟਾਂਦਰਾ, ਔਰ ਕਰਾਂਗੇ ਤੁਹਾਡੇ ਲਈ ਤੁਹਾਡਾ ਸ਼ੋਅ ਅੱਜ ਦਾ ਮੁੱਦਾ। ਫਿਲਹਾਲ ਅੱਜ ਦੇ ਲਈ ਮੈਨੂੰ ਹਰਕੀਰਤ ਸਿੰਘ ਆਲੂਵਾਲੇ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ।